ईडी वालों सोनिया गांधी वार वार बुलाए जाने के विरोध च यूथ कांग्रेस ने सानेवाल च प्रदर्शन करते हुए रेलवे स्टेशन वाल कूच किया, जिथे पुलिस ने यूथ कांग्रेस के आगुआ हिरासत च लै लिया। उधर यूथ कांग्रेस प्रधान बरिंदर ढिल्लों ने कहा कि साडे लीडर वार वार ईडी वालों बुलाया जा रहा है। उन्होंने यह भी कहा कि यह मोदी सरकार के कहने पर बुलाया जा रहा है, जो बर्दाश्त नहीं किया जाएगा। उन्होंने कहा कि प्रदर्शन करने नाल केंद्र तक संदेश जाएगा, इस करके रेलवे स्टेशन से प्रदर्शन करना चुनिया गया है। जनहितैषी, टीआरपी नहीं खरीदते, भरोसा जीतते हैं हम। राहुल गांधी ताना सोनिया गांधी जी बार बार इनकी उम्र हो चुकी है उस जनानी की, ओनू द्वारा ईडी बुला रही है, बार बार तंग कर रही है। पुलिस तो ना परचे तो डरनी वाले असी अज जिहड़ा सीगा रेलवे स्टेशन ते जाके रेलवे जाम करना सीगा तां कि ओ पुलिस कर सकदी आ, साडे ते परचा दे देण, साडे ते कुछ कर देण, पर इह संघर्ष नूं असीं होर तेज करांगे जद तक उत्थों राहुल गांधी जी नूं सोनिया जी नूं फ्री नहीं कीता जाऊगा। इह संघर्ष इसे तरह जारी रहेगा। हांजी, बिल्कुल एक एक उन्होंने तक मैसेज जाना चाहिए। अज पूरे पंजाब दे विच चंडीगढ़ दे विच भी इस तरह के प्रोटेस्ट हो रहे, सानू ये साडी आवाज़ नूं पुलिस दे नाल दबा नहीं सकते। ईडी ओही पछाण करने वाली गल आ, इंडिविजुअल साडी पार्टी दा अंदरला मसला वा, उहदे विच तां कोई है ही नहीं कि कोई उन्होंने कोई शिकायत होवे। कोई कांग्रेस तों डरे होए ने 2024 दे विच, इन्हां नूं पता वी राहुल गांधी दुबारा सरकार बनाउण दी तैयारी दे विच आ, इह उहनूं बदनाम ਕਰਨ ਦੀ ਪੂਰੀ ਸਾਜ਼ਿਸ਼। ਚਾਹੇ ਸਾਡੇ ਤੇ ਗੋਲੀ ਚਲਾ ਦੇਣਾ ਸੀ ਤਾਂ ਵੀ ਨਹੀਂ ਪਿੱਛੇ ਹਟਣ ਵਾਲੇ। ਇਹ ਜਿਹੜੇ ਸਾਡੇ ਸੰਘਰਸ਼ ਨੇ ਇਹ ਲਗਾਤਾਰ ਇਦਾਂ ਹੀ ਜਾਰੀ ਰਹਿਣਗੇ ਜਦ ਤੱਕ ਮੋਦੀ ਸਰਕਾਰ ਇਹ ਕੰਮਾਂ ਤੋਂ ਨਹੀਂ ਹਟਦੀ, ਸਾਡੇ ਲੀਡਰਾਂ ਨੂੰ ਤੰਗ ਕਰਨ ਤੋਂ ਨਹੀਂ ਹਟਦੇ। ਅਸੀਂ ਸੰਘਰਸ਼ ਇਦਾਂ ਹੀ ਜਾਰੀ ਰੱਖ, ਇਹ ਤਾਂ ਓਪੋਜੀਸ਼ਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਆ। ਈਡੀ ਦਾ ਜਿਹੜਾ ਦੁਰਵਰਤੋਂ ਆ, ਈਡੀ ਦੀ ਦੁਰਵਰਤੋਂ ਬੰਦ ਹੋਵੇ। ਈਡੀ ਨੂੰ ਜਿਸ ਤਰੀਕੇ ਨਾਲ ਵਰਤਿਆ ਜਾ ਰਿਹਾ ਓਪੋਜੀਸ਼ਨ ਦੇ ਖਿਲਾਫ, ਇਹਦੇ ਖਿਲਾਫ ਅਸੀਂ ਵਿਰੋਧ ਕਰਦੇ ਰਵਾਂਗੇ, ਸੜਕਾਂ ਤੇ ਉਤਰਾਂਗੇ ਔਰ ਹਰ ਉਹ ਕੋਸ਼ਿਸ਼ ਕਰਾਂਗੇ। ਹਾਂਜੀ, ਹੁਣ ਅਸੀਂ ਆਪਣੀ ਗ੍ਰਿਫਤਾਰੀਆਂ ਦਿੱਤੀਆਂ ਵਾ, ਇਹ ਸਾਨੂੰ ਗ੍ਰਿਫਤਾਰ ਕਰਨਗੇ, ਅਸੀਂ ਦੁਬਾਰਾ ਸੜਕਾਂ ਤੇ ਉਤਰਾਂਗੇ, ਸਾਡੀ ਜੰਗ ਜਾਰੀ ਰਹੂਗੀ। ਕਰਨਾ ਸੀ, ਅਸੀਂ ਕੋਈ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਸੀ। ਰੇਲਵੇ ਸਟੇਸ਼ਨ ਜਿੱਥੇ ਲੋਕਾਂ ਨੂੰ ਪਤਾ ਚੱਲਿਆ, ਜਿੱਥੇ ਸਾਰੇ ਦੁਨੀਆ ਦੇ ਲੋਕ ਆਉਂਦੇ ਆ, ਉੱਥੇ ਪ੍ਰੋਟੈਸਟ ਕਰਨਾ ਜ਼ਿਆਦਾ ਵਧੀਆ ਵਾ। ਇਹ ਸਾਰੇ ਭਰਾ ਇੱਥੇ ਬ੍ਰਦਰਸ ਢਾਬਾ ਹੈਗਾ ਸਾਨੇਵਾਲ ਦੇ ਵਿੱਚ, ਉੱਥੇ ਇਕੱਠੇ ਹੋਏ ਸੀਗੇ ਔਰ ਉੱਥੋਂ ਇਹਨਾਂ ਨੇ ਪਲਾਨ ਕੀਤਾ ਸੀਗਾ ਕਿ ਇਹ ਜਾ ਕੇ ਰੇਲਵੇ ਲਾਈਨ ਦੇ ਉੱਤੇ ਬੈਠਣਗੇ ਔਰ 2 ਤੋਂ ਲੈ ਕੇ 4 ਵਜੇ ਤੱਕ ਇਹ ਜਿਹੜੀਆਂ ਕੋਈ ਟ੍ਰੇਨਸ ਜਾਂਦੀਆਂ ਨੇ ਉਹਨਾਂ ਨੂੰ ਇਹ ਰੋਕਣਗੇ। ਸਰ, ਕੌਣ-ਕੌਣ ਸੀਗੇ ਇਹਨਾਂ ਦੇ ਜਿਹੜੇ ਲੀਡਰ, ਕਿਹੜੇ-ਕਿਹੜੇ ਹੁਣ ਹਿਰਾਸਤ 'ਚ ਲੈ ਗਏ ਨੇ? ਸਾਨੂੰ ਮੇਨ ਤਾਂ ਸਾਨੂੰ ਇੰਨਾ ਹੀ ਪਤਾ ਲੱਗਿਆ ਹੈਗਾ ਕਿ ਵੀ ਉਹ ਜਿਹੜਾ ਲੱਕੀ ਸੰਧੂ ਹੈਗਾ ਇੱਥੇ ਇੱਕ ਜੋ ਯੂਥ ਕਾਂਗਰਸ ਦਾ ਇਹਨਾਂ ਦਾ ਆਗੂ ਹੈਗਾ ਜਿਹਦਾ ਬ੍ਰਦਰਸ ਢਾਬਾ ਹੈਗਾ, ਨਹੀਂ ਮੈਂ ਉਹਨਾਂ ਨੂੰ ਨਹੀਂ ਜਾਣਦਾ, ਨਾ ਮੈਨੂੰ ਉਹ ਦਿਖੇ ਨੇ ਇੱਥੇ। ਅਤੇ ਕਿੰਨੇ ਕੁ ਬੰਦੇ ਹੁਣ ਆਏ ਸੀਗੇ? ਦੇਖੋ, ਇਹ 35-40 ਬੰਦੇ ਸੀਗੇ, ਕੁਛ ਤਾਂ ਪਿੱਛੋਂ ਭੱਜ ਹੀ ਗਏ। ਠੀਕ ਹੈ, ਜਦੋਂ ਉਹਨਾਂ ਨੇ ਦੇਖਿਆ ਕਿ ਪੁਲਿਸ ਨੇ ਰੋਕ ਲਿਆ ਹੈਗਾ, ਗ੍ਰਿਫਤਾਰ ਕਰ ਲਿਆ, ਅਤੇ ਬਾਕੀ ਜਿਹੜੇ ਹੈਗੇ ਨੇ ਅਸੀਂ ਰਾਊਂਡ ਅਪ ਕਰ ਲਿਆ ਹੈਗਾ। ਲੱਗੀ ਪਤਾ ਕਿਉਂ ਆਏ, ਕਾਹਦੇ ਲਈ ਪ੍ਰੋਟੈਸਟ ਕੀਤਾ? ਮੈਂ ਤੁਹਾਨੂੰ ਵਾਰ ਵਾਰ ਦੱਸ ਰਿਹਾ ਕਿ ਵੀ ਇਹ ਪ੍ਰੋਟੈਸਟ ਦਿੱਲੀ ਦੇ ਵਿੱਚ ਈਡੀ ਨੇ ਜੋ ਕਾਰਵਾਈ ਕੀਤੀ ਹੈ ਇਹਨਾਂ ਦੀ ਪਾਰਟੀ ਦੇ ਖਿਲਾਫ, ਉਹਦੇ ਸੰਬੰਧ ਦੇ ਵਿੱਚ ਇਹ ਇੱਥੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੈ, ਜੋ ਕਿ ਗੈਰ ਕਾਨੂੰਨੀ ਵੀ ਹੈ ਕਿ ਉਹ ਰੇਲਵੇ ਟਰੈਕ ਤੇ ਨਹੀਂ ਜਾ ਸਕਦੇ ਔਰ ਇਸ ਨੂੰ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਾਨੇਵਾਲ ਰੇਲਵੇ ਸਟੇਸ਼ਨ ਤੇ ਜਾ ਰਹੇ ਸੀ, ਇਹ ਰੇਲਵੇ ਟਰੈਕ ਤੇ ਜਾ ਰਹੇ ਸੀ ਜੀ ਔਰ ਟ੍ਰੇਨ ਰੋਕਣ ਵਾਸਤੇ, ਸੋ ਉਹ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈਗਾ। ਮੈਟਰ ਇਸ ਓਵਰ। ਯਦੀ ਆਪਕੋ ਹਮਾਰੀ ਇਹ ਵੀਡੀਓ ਪਸੰਦ ਆਈ ਤੋ ਹਮਾਰੇ ਚੈਨਲ ਕੋ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੇਂ। ਐਸੀ ਔਰ ਅਪਡੇਟਸ ਦੇਖਨੇ ਕੇ ਲੀਏ ਬੈਲ ਆਇਕਨ ਜ਼ਰੂਰ ਦਬਾਏਂ।